ਬਾਰੀ ਖੋਲ ਕੇ ਵਾਹਿਗੁਰੂ ਬੋਲ ਕੇ ਨੀ ਸੀਟੀ ਉੱਤੇ ਬਹਿ ਜਾ ਬੱਲੀਏ। ਸਤਿ ਸ਼੍ਰੀ ਅਕਾਲ ਮੋਂਟੀ ਭਾਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ? ਵਧੀਆ ਸਰ ਜੀ, ਗੱਡੀ ਵਧੀਆ ਬਣ ਗਈ ਆ? ਬਹੁਤ ਵਧੀਆ ਗੱਡੀ ਬਣਾਈ ਸਰ। ਅਸਲਾਮੁਅਲੈਕਮ, ਸਤਿ ਸ਼੍ਰੀ ਅਕਾਲ, ਨਮਸਕਾਰ ਦੋਸਤੋ। ਆਜ ਲੇਕਰ ਪੇਸ਼ ਹੋਏ ਹੈ ਆਪਕੇ ਆਗੇ ਹਮ 4830 ਜੋ 16 ਚੱਕੀ ਗਾੜੀ ਹੈ, ਹਮਾਰੇ ਕਠੂਆ ਯੂਨੀਅਨ ਕੀ ਗਾੜੀ ਹੈ, ਜੋ ਹਮਾਰੇ ਮੋਂਟੀ ਭਾਜੀ ਹਮਾਰੇ ਪਾਸ ਲੇਕਰ ਆਏ ਥੇ, ਆਜ ਮੁਲਾਕਾਤ ਕਰੇਂਗੇ। ਮੋਂਟੀ ਭਾਈ ਜੀ, ਪਹਿਲੇ ਆਪਣਾ ਤਾਰੁਫ ਕਰਵਾਏ ਆਪ। ਮੇਰਾ ਨਾਮ ਭਾਜੀ ਮੋਂਟੀ ਆ ਅਤੇ ਮੈਂ ਕਠੂਆ ਡਿਸਟ੍ਰਿਕਟ ਦੇ ਰਹਿਣ ਵਾਲਾ। ਕਠੂਆ ਯੂਨੀਅਨ ਦੀ ਇਹ ਗੱਡੀ ਹੈ ਸਰ, ਅਸੀਂ ਪਹਿਲੇ ਵੀ ਗੱਡੀਆਂ ਬਣਾ ਚੁੱਕੇ ਹਾਂ। ਮੇਰਾ ਬ੍ਰਦਰ ਹੈ, ਉਹਨਾਂ ਨੇ 2018 'ਚ ਗੱਡੀ ਬਣਾਈ ਸੀ ਇਹਨਾਂ ਕੋਲੋਂ, ਉਹਨਾਂ ਦੇ ਥਰੂ ਹੀ ਮੈਂ ਇਹਨਾਂ ਕੋਲ ਪਹੁੰਚਿਆ ਸਰ। ਇਹਨਾਂ ਨੂੰ ਜਿਹੋ ਜਿਹੀ ਗੱਡੀ ਅਸੀਂ ਕਹੀ ਹੈ, ਉਹ ਜੀ ਇਹਨਾਂ ਨੇ ਬਣਾ ਕੇ ਦਿੱਤੀ ਹੈ ਸਾਨੂੰ। ਸਤਿ ਸ਼੍ਰੀ ਅਕਾਲ। ਯਹਾਂ ਮੈਂ ਥੋੜ੍ਹਾ ਸਾ ਪੰਜਾਬੀ ਮੈਂ ਕਨਵਰਟ ਹੋ ਜਾਊਂ। ਠੀਕ ਹੈ ਸਰ। ਇੱਥੇ ਮੈਂ ਬੋਨੀ ਬਾਈ ਦਾ ਵੀ ਧੰਨਵਾਦ ਕਰਨਾ ਚਾਹੁੰਦਾ ਹਾਂ ਕਿ ਬੋਨੀ ਬਾਈ ਦੇ ਥਰੂ ਸਾਨੂੰ ਬਹੁਤ ਸਾਰਾ ਕੰਮ ਮਿਲ ਰਿਹਾ, ਜਸਮੀਤ ਭਾਜੀ ਦੇ ਥਰੂ ਸਾਨੂੰ ਕੰਮ ਮਿਲ ਰਿਹਾ, ਅਤੇ ਕਠੂਆ ਯੂਨੀਅਨ ਦੇ ਵਿੱਚ ਅਸੀਂ ਲਗਾਤਾਰ 2016 ਤੋਂ ਗੱਡੀਆਂ ਦੇ ਰਹੇ ਹਾਂ। ਅਸੀਂ ਬਹੁਤ ਸਾਰੀਆਂ ਗੱਡੀਆਂ ਕਠੂਆ ਯੂਨੀਅਨ ਦੇ ਵਿੱਚ ਦੇ ਚੁੱਕੇ ਹਾਂ। ਮੋਂਟੀ ਭਾਜੀ, ਪਹਿਲੇ ਦਿਨ ਤੁਸੀਂ ਨੇ ਮੈਨੂੰ ਇੱਕ ਥੀਮ ਸਮਝਾਇਆ ਸੀ ਵੀ ਸਿੰਪਲ ਥੀਮ ਦੇ ਵਿੱਚ ਜੰਮੂ ਸਟਾਈਲ ਦੇ ਵਿੱਚ ਗੱਡੀ ਬਣਾਉਣੀ ਆ ਤੁਸੀਂ ਨੇ, ਇਦਾਂ ਦੀ ਗੱਲਬਾਤ ਆਪਣੀ ਹੋਈ ਸੀਗੀ? ਮੇਰੀ ਗੱਲ ਇਹ ਹੋਈ ਕਿ ਸਰ ਅਸੀਂ ਬਿਲਕੁਲ ਸਿੰਪਲ, ਜਿੱਦਾਂ ਦੀ ਸਾਡੀ ਜੰਮੂ ਦੀ ਗੱਡੀ ਬਣਦੀ ਹੈ ਉਹ ਜੀ ਗੱਡੀ ਬਣਾਉਣੀ ਹੈ। ਬਣ ਗਈ ਹੈ ਹੁਣ? ਬਿਲਕੁਲ ਸਰ, ਬਿਲਕੁਲ, ਕੋਈ ਕਮੀ ਪੇਸ਼ੀ ਨਹੀਂ। ਆਓ ਦੋਸਤੋ, ਆਪਾਂ ਸਾਰੇ ਗੱਡੀ ਦੇਖਦੇ ਹਾਂ। ਮੋਂਟੀ ਭਾਜੀ ਨੇ ਜੋ ਜੋ ਗੱਡੀ ਦੇ ਵਿੱਚ ਖਾਸ ਕਰਿਆ, ਇਹਨਾਂ ਨੇ ਸਿੰਪਲ ਥੀਮ ਦੇ ਵਿੱਚ ਇਹ ਗੱਡੀ ਤਿਆਰ ਕਰਵਾਈ ਹੈ। ਇਹਨਾਂ ਨੇ 4.5 ਫੁੱਟ ਦੀ ਚਾਦਰ, ਜਿਹੜੀ ਬੋਡੀ ਵਾਲੀ ਸ਼ੀਟ ਕਿਹਾ ਸੀਗਾ, 4.5 ਫੁੱਟ ਦੀ ਲਵਾਉਣ ਵਾਸਤੇ ਕਿਹਾ ਸੀਗਾ। ਸਟੀਲ ਕਿੰਨੇ ਗੇਜ ਦੀ? 24 ਗੇਜ ਦੀ ਸਰ। 24 ਗੇਜ ਦੀ ਸਟੀਲ? 24 ਗੇਜ ਦੀ ਸਟੀਲ। ਕਠੂਏ ਦੀਆਂ ਜ਼ਿਆਦਾਤਰ ਗੱਡੀਆਂ ਨੂੰ 24 ਗੇਜ ਦੀ ਸਟੀਲ ਅਸੀਂ ਲਾਉਂਦੇ ਹਾਂ। ਤੁਸੀਂ ਦੇਖ ਸਕਦੇ ਹੋ ਇਸ ਗੱਡੀ ਨੂੰ ਵੀ ਅਸੀਂ ਨੇ ਲਾਈ ਹੈ, ਤੁਹਾਨੂੰ ਤਸੱਲੀ ਹੈ ਜੀ? ਬਿਲਕੁਲ ਸਰ, ਓਕੇ ਕੰਮ ਕਰਕੇ ਦਿੱਤਾ। ਅੱਛਾ ਜੀ, ਚਲੋ, ਦਿਲ ਖੁਸ਼ ਕਰਕੇ ਆ ਜਾਓ। ਆਪਾਂ ਨਾਲ ਨਾਲ ਚੱਲਦੇ ਹਾਂ, ਆਪਣੇ ਦਰਸ਼ਕਾਂ ਨੂੰ, ਆਪਣੇ ਦੋਸਤਾਂ ਨੂੰ ਇਹ ਦਿਖਾਉਂਦੇ ਹਾਂ ਵੀ ਗੱਡੀ ਕਿੰਨੀ ਸੋਹਣੀ ਬਣਾਈ ਹੈ ਆਪਾਂ ਨੇ। ਇੱਥੇ ਦੋਸਤੋ ਤੁਸੀਂ ਦੇਖ ਸਕਦੇ ਹੋ, ਬੋਡੀ ਦੇ ਵਿੱਚ ਅਸੀਂ ਨੇ 4.5 ਫੁੱਟ ਦੀ ਆਏ ਜਿਹੜੀ ਚਾਦਰ ਹੈ, ਬੋਡੀ ਚਾਦਰ ਅਸੀਂ ਨੇ ਉਹ ਲਾਈ ਹੈ। ਇਹਦਾ 68 ਕੇਜੀ ਵੇਟ ਹੁੰਦਾ ਹੈ, ਤੇ ਲੱਕੜ ਦੀ ਤੁਹਾਨੂੰ ਤਸੱਲੀ ਕਰਵਾਈ ਗਈ ਪਹਿਲੇ ਸਰ? ਜੋ ਲੱਕੜ ਤੁਹਾਡੀ ਤੇ ਸਾਡੀ ਗੱਲਬਾਤ ਹੋਏਗੀ ਇਹ ਗੱਡੀ ਨੂੰ ਲੱਗੂਗੀ, ਉਹ ਤੁਸੀਂ ਲਾ ਕੇ ਦਿੱਤੀ ਹੈ ਸਰ, ਤੁਹਾਨੂੰ ਪੂਰੀ ਤਸੱਲੀ ਕਰਵਾ ਕੇ ਲਓ ਸਰ। ਬਿਲਕੁਲ, ਇੱਕ ਮੈਂ ਆਪਣੇ ਤੌਰ ਤੇ ਗੱਲ ਕਹਿਣਾ ਚਾਹਨਾ, ਮੈਂ ਆਪਣੀ ਗੱਡੀ ਦੇ ਪੱਤਿਆਂ ਨੂੰ ਮਰਾਤਾ ਪੇਂਟ। ਅੱਛਾ ਜੀ। ਸਰ ਨੇ ਮੈਨੂੰ ਆ ਕੇ ਸਪੈਸ਼ਲ ਕਿਹਾ ਕਿ ਤੁਸੀਂ ਪੇਂਟ ਸਾਡੇ ਕਹਿਣ ਤੇ ਕਿਹਾ ਜਾਂ ਆਪਣੇ ਮਰਜ਼ੀ ਨਾਲ ਕਰਵਾਇਆ? ਮੈਂ ਇਹਨਾਂ ਨੂੰ ਜਵਾਬ ਦਿੱਤਾ ਕਿ ਮੈਂ ਆਪਣੇ ਦਿਲ ਦੀ ਤਸੱਲੀ ਲਈ ਮਰਾਇਆ, ਪਰ ਇਹਨਾਂ ਨੇ ਮੈਨੂੰ ਅੱਗੋਂ ਜਵਾਬ ਦਿੱਤਾ ਪਰ ਨਹੀਂ, ਅਮੂਮਨ ਬੰਦੇ ਆਪਣਾ ਪਰਦਾ ਪਾਉਣ ਲਈ ਪੇਂਟ ਕਰਵਾਉਂਦੇ ਆ, ਐਂ ਨਹੀਂ ਕਿਸੇ ਨੂੰ ਕਹਿੰਦੇ ਕਿ ਪੇਂਟ ਕਰੋ ਜੀ। ਇਹ ਮੈਂ ਆਪਣੀ ਮਰਜ਼ੀ ਨਾਲ ਕਰਵਾਇਆ, ਇਹਨਾਂ ਨੇ ਮੈਨੂੰ ਤਾਂ ਗਿਆ, ਇਹਨਾਂ ਨੂੰ ਸੋਚਿਆ ਕਿ ਸ਼ਾਇਦ ਬਾਕੀ ਬਾਡੀਆਂ ਵਾਲੇ ਤਰ੍ਹਾਂ ਇਹਨਾਂ ਨੂੰ ਵਹਿਮ ਨਾ ਹੋਏ, ਇਸ ਕਰਕੇ ਇਹਨਾਂ ਨੇ ਮੇਰਾ ਦਿਲ ਨੂੰ ਤਸੱਲੀ ਹੋਈ ਕਿ ਜਦੋਂ ਇਹਨਾਂ ਨੇ ਮੈਨੂੰ ਕਿਹਾ ਕਿ ਤੁਸੀਂ ਪੇਂਟ ਕਿਉਂ ਕਰਵਾਇਆ ਬੱਤਿਆਂ ਨੂੰ, ਖੁਸ਼ ਹੋਇਆ ਮੈਂ, ਕਿਉਂਕਿ ਇਹਨਾਂ ਨੇ ਉਹ ਲੱਕੜ ਲਾਈ ਸੀ ਜਿਹੜੀ ਇਹਨਾਂ ਨਾਲ ਸਾਡੀ ਗੱਲ ਹੋਈ। ਮੈਂ ਤਾਂ ਇਹ ਕਹਿਣਾ ਚਾਹੁੰਦਾ ਕਿ ਅੱਗੇ ਵੀ ਕੋਈ ਕੰਮ ਕਰਵਾਉਣਾ ਚਾਹੇ, ਜਿਸ ਤਰ੍ਹਾਂ ਇਹ ਕਹਿਣ ਜੋ ਅਸੀਂ ਲੱਕੜ ਦੀ ਗੱਲਬਾਤ ਕੀਤੀ ਇਹਨਾਂ ਨੇ ਸਾਨੂੰ ਲਾ ਕੇ ਦਿੱਤੀ ਹੈ, ਤਸੱਲੀ ਹੋ ਗਈ ਹੈ ਤੁਹਾਡੀ। ਤੇ ਹੁਣ ਜੇਕਰ ਆਪਾਂ ਗੱਲ ਕਰੀਏ ਕੈਬਨ ਦੀ, ਤਾਂ ਕੈਬਨ ਦੇ ਵਿੱਚ ਤੁਸੀਂ ਨੇ ਸਨਮਾਇਕੇ ਦੀ ਡਿਮਾਂਡ ਕੀਤੀ ਸੀ ਜੀ। ਤੁਹਾਨੂੰ ਪਤਾ ਹੈ ਸਨਮਾਇਕਾ ਪਤਲਾ ਵੀ ਬਾਜ਼ਾਰ ਵਿੱਚ ਆਉਂਦਾ, ਤਾਂ ਆਪਾਂ ਨੇ ਮੋਟਾ ਸਨਮਾਇਕਾ 1 mm ਦਾ ਸਨਮਾਇਕਾ ਇੱਥੇ ਲਾ ਕੇ ਦਿਆ। ਬਿਲਕੁਲ, ਇਹ ਮੇਰੀ ਸਪੈਸ਼ਲ ਡਿਮਾਂਡ ਤੇ ਅਸੀਂ ਕਿਹਾ ਕਿ ਇਹ ਵਾਲਾ ਸਨਮਾਇਕਾ ਲੱਗਣਾ ਚਾਹੀਦਾ। ਬਾਗੂਰਾ ਨੇ ਕਿਹਾ ਕੋਈ ਗੱਲ ਨੀ, ਜਿਹੜਾ ਤੁਸੀਂ ਕਿਹਾ ਹੋਇਆ। ਤੇ ਫਰਸ਼ ਆਪਾਂ ਨੇ 1.5 ਇੰਚੀ ਮੋਟਾ ਲਾ ਕੇ ਦਿਆ ਤੁਹਾਨੂੰ। ਬਿਲਕੁਲ ਸਰ, ਫਰਸ਼ 1.5 ਇੰਚੀ ਲੱਗਿਆ ਗੱਡੀ। ਹਾਂ, ਤੇ ਗੱਡੀ ਦਾ ਮੱਥਾ ਵੀ ਤੁਸੀਂ ਨੇ ਆਪਣੀ ਸਮਝ ਦੇ ਵਿੱਚ ਸਾਨੂੰ ਦੱਸਿਆ ਸੀ ਵੀ ਚੌੜਾ ਬਣਾ ਕੇ ਦਿਓ ਸਾਨੂੰ ਜੀ ਸਰ, ਤੇ ਅਸੀਂ ਨੇ ਕਰਕੇ ਦਿਆ ਤੁਹਾਨੂੰ। ਤੇ ਪੇਂਟ ਦੀ ਸਾਡੀ 3 ਸਾਲ ਦੀ ਗਾਰੰਟੀ ਆ ਜੀ ਸਰ, ਪਤਾ ਹੈ ਤੁਹਾਨੂੰ ਇਸ ਗੱਲ ਬਾਰੇ।
ਤੇ ਦੋਸਤੋ ਆ ਜਾਓ ਆਪਾਂ ਗੱਡੀ ਦੇ ਡਾਲੇ ਦੀ ਤਰਫ ਚੱਲਦੇ ਹਾਂ, ਆਪਾਂ ਡਾਲੇ ਦੀ ਤਰਫ ਦੇਖਦੇ ਹਾਂ। ਤੇ ਇੱਥੇ ਦੋਸਤੋ ਮੈਂ ਦਿਖਾ ਦਵਾਂ ਤੁਹਾਨੂੰ ਕਿ ਦਿੱਲੀ ਵਾਲਾ ਜੰਗਲਾ ਮੋਂਟੀ ਬਾਈ ਦੀ ਜਿਹੜੀ ਡਿਮਾਂਡ ਸੀਗੀ ਉਸ ਅਕੋਰਡਿੰਗ ਅਸੀਂ ਨੇ ਮੋਂਟੀ ਬਾਈ ਨੂੰ ਤਿਆਰ ਕਰਕੇ ਦਿਆ। ਸਾਡੇ ਕੋਲ ਹੋਰ ਵੀ ਕਾਫੀ ਤਰ੍ਹਾਂ ਦੇ ਡਿਜ਼ਾਈਨ ਨੇ, ਜਿਹੜੇ ਕਸਟਮਰ ਕਹਿੰਦਾ ਜਿਹੜਾ ਕਸਟਮਰ ਪਸੰਦ ਕਰਦਾ ਉਸ ਮੁਤਾਬਿਕ ਅਸੀਂ ਇਹਨਾਂ ਨੂੰ ਬਣਾ ਕੇ ਦੇ ਦਿੰਦੇ ਹਾਂ। ਤੇ ਅੱਜ ਕੱਲ ਗੋਲੇ ਲਗਵਾਉਂਦੇ ਨੇ, ਪਰ ਮੋਂਟੀ ਬਾਈ ਦੀ ਡਿਮਾਂਡ ਸੀਗੀ ਕਿ ਪਹਿਲਾਂ ਵਾਲੇ ਵਨ ਪੀਸ ਦੇ ਵਿੱਚ ਮੜਗਾਟ ਇੱਥੇ ਲਾਉਣੇ ਨੇ, ਅਸੀਂ ਨੇ ਵਨ ਪੀਸ ਦੇ ਵਿੱਚ ਮੜਗਾਟ ਲਗਾਇਆ ਬਗੈਰ ਕਿਸੇ ਜੋੜ ਤੋਂ। ਤੇ ਆਓ ਆਪਾਂ ਡਾਲੇ ਤੇ ਚੱਲਦੇ ਹਾਂ। ਅੱਛਾ ਦੋਸਤੋ, ਇੱਥੇ ਬੈਕ ਸਾਈਡ ਤੇ ਵੀ ਲੋਕੀ ਸਿੰਪਲ ਗੱਡੀਆਂ ਤਾਂ ਬਣਵਾਉਣ ਨੂੰ ਕਹਿੰਦੇ ਨੇ, ਪਰ ਕਿਤੇ ਨਾ ਕਿਤੇ ਜਾ ਕੇ ਉਹ ਸਿੰਪਲ ਗੱਡੀ ਬਣਾਉਂਦੇ ਬਣਾਉਂਦੇ ਪਿੱਛੇ ਵੀ ਭਾਰੀ ਜੰਗਲਾ ਲਵਾ ਲੈਂਦੇ ਨੇ। ਮੋਂਟੀ ਬਾਈ ਨੇ ਕਿਹਾ ਵੀ ਮੈਨੂੰ ਬਿਲਕੁਲ ਹੀ ਸਿੰਪਲ ਚਾਹੀਦੀ ਆ ਗੱਡੀ, ਮੈਨੂੰ ਤਾਂ ਤੁਸੀਂ ਨਾ ਦੱਸਦਾ ਸੀ ਪਰ ਮੇਰੇ ਦੋਸਤ ਸਰ ਸਿੰਪਲ ਗੱਡੀ ਲੁੱਕ ਬਹੁਤ ਅੱਛੀ ਆਉਂਦੀ ਹੈ ਸਿੰਪਲ ਗੱਡੀ ਦੀ। ਬਾਕੀ ਤਕਰੀਬਨ ਇਹ ਹੈ ਕਿ ਸਾਡੀ ਜੰਮੂ ਵਾਲੀ ਗੱਡੀ ਲਾਸਟ 100% ਸਿੰਪਲ ਹੀ ਬਣਦੀ ਹੈ। ਜਦੋਂ ਤੁਸੀਂ ਕਹਿੰਦੇ ਹੋ ਵੀ ਪੁਰਾਣੀ ਹੋ ਜਾਂਦੀ ਹੈ ਗੱਡੀ, ਬਸ ਬਿਲਕੁਲ ਬਿਲਕੁਲ ਇੱਕ ਗੱਲ ਹੋਰ ਆ, ਮੈਂ ਕਿਹਾ ਸਰ ਨੇ ਯਾਦ ਕਰਵਾਇਆ, ਜਦੋਂ ਗੱਡੀ ਪੁਰਾਣੀ ਹੋ ਜਾਂਦੀ ਹੈ ਉਹਦੀ ਬਿਲਕੁਲ ਹੀ ਫਿਨਿਸ਼ਿੰਗ ਵੀ ਖਤਮ ਤੇ ਲੁੱਕ ਵੀ ਖਤਮ ਹੋ ਜਾਂਦੀ ਹੈ ਉਸ ਗੱਡੀ ਦੀ। ਜਿਹੜੀ ਜਿਹੜੀ ਦੇ ਵਿੱਚ ਤਮਾਸ਼ਾ ਜ਼ਿਆਦਾ ਹੁੰਦਾ, ਤਮਾਸ਼ਾ ਜ਼ਿਆਦਾ ਹੁੰਦਾ, ਚਿਲ ਮਿਲ ਜ਼ਿਆਦਾ ਹੋ ਜਾਂਦੀ ਜੀ। ਸਿੰਪਲ ਗੱਡੀ ਸਦਾਬਹਾਰ ਸਦਾਬਹਾਰ ਗੱਡੀ। ਇੱਥੇ ਦੋਸਤੋ ਗੱਲ ਨੋਟ ਕਰਨ ਵਾਲੀ ਹੈ, ਮੈਂ ਇੱਥੇ ਹਰ ਇੱਕ ਤਰ੍ਹਾਂ ਦੀ ਗੱਡੀ ਬਣਾਉਣ ਨੂੰ ਤਿਆਰ ਹਾਂ, ਪਰ ਮੋਂਟੀ ਭਾਅ ਜੀ ਨੇ ਮੈਨੂੰ ਇੱਕ ਗੱਲ ਕਹੀ, ਕਹਿੰਦੇ ਵੀ ਜਦੋਂ ਆਪਾਂ ਸਿੰਪਲ ਗੱਡੀ ਬਣਾਉਂਦੇ ਹਾਂ ਤਾਂ ਅੱਜ ਵੀ ਚੱਲਦੀ ਹੈ ਤੇ ਕੱਲ ਨੂੰ ਵੀ ਚੱਲੂਗੀ, 5 ਸਾਲ ਬਾਅਦ ਵੀ ਇਦਾਂ ਦੀ ਰਹੂਗੀ, 5 ਸਾਲ ਬਾਅਦ ਵੀ ਇਦਾਂ ਦੀ ਹੀ ਰਹੂਗੀ ਜੀ ਗੱਡੀ। ਤੇ ਆਓ ਹੁਣ ਡਾਲੇ ਦੇ ਤਰਫ ਚੱਲਦੇ ਹਾਂ ਆਪਾਂ। ਡਾਲੇ ਦੇ ਉੱਪਰ ਪਿੱਛੇ ਦੇਖ ਸਕਦੇ ਹਾਂ ਆਪਾਂ, ਸਪੇਅਰ ਫੱਟਿਆਂ ਤੇ ਕੋਈ ਸੀਨਰੀ ਨਹੀਂ ਬਣਾਈ, ਪਰ ਹਰ ਮੈਦਾਨ ਫਤਿਹ ਫਤਿਹ ਤਾਂ ਹੁੰਦਾ ਜੇ ਦਿਲ ਦੇ ਵਿੱਚ ਆਪਣੇ ਦ੍ਰਿੜ ਇਰਾਦਾ ਹੋਵੇ। ਤੇ ਹੁਣ ਆਪਾਂ ਗੱਲ ਕਰਦੇ ਹਾਂ, ਥੱਲੇ ਇੱਕ ਮੈਸੇਜ ਦਿਆ ਗਿਆ ਹੈ, ਉਹਨਾਂ ਘਰੇ 2 ਲੱਡੂ ਵੱਧ ਦਹੀਂ ਅੰਮੀ ਹੈ, ਜੋ ਕਹਿੰਦੇ ਸੀ ਮਲੰਗ ਕੋਲੋਂ ਕੁਛ ਨਹੀਂ ਹੋਣਾ। ਇਹ ਇੱਕ ਬਹੁਤ ਅੱਛਾ ਮੈਸੇਜ ਹੈ ਵੀ ਜਿਹੜੇ ਲੋਕ ਇਹ ਸਮਝਦੇ ਨੇ ਵੀ ਕਿਸੇ ਕੋਲੋਂ ਕਿਸੇ ਕੁਛ ਨਹੀਂ ਹੋਣਾ ਹੈਗਾ, ਉਹਨਾਂ ਦੇ ਘਰੇ 2 ਲੱਡੂ ਵੱਧ ਦੇਵੀ। ਆਪਣੀ ਮਾਂ ਨੂੰ ਆਖਿਆ ਗਿਆ, ਇਹ ਮੈਸੇਜ ਇੱਕ ਸਮਾਜ ਦੇ ਮੂੰਹ ਦੇ ਉੱਪਰ ਕਰਾਰੀ ਚਪੇੜ ਹੈ ਕਿ ਕਿਸੇ ਦਾ ਧੀ ਪੁੱਤ ਜਿਹੜਾ ਕੰਮ ਕਰਦਾ ਮਿਹਨਤ ਕਰਦਾ ਰੱਬ ਉਹਨੂੰ ਫਲ ਜ਼ਰੂਰ ਲਾਉਂਦਾ, ਜਦੋਂ ਫਲ ਲੱਗ ਜਾਂਦਾ ਤਾਂ ਸ਼ਰੀਕ ਮੱਚਦੇ ਨੇ ਤੇ ਉਹਨਾਂ ਦੇ ਘਰੇ 2 ਲੱਡੂ ਵੱਧ ਦੇਣੇ ਚਾਹੀਦੇ ਨੇ। ਟੂਲ ਬਾਕਸ 2 ਦੇਣ ਦੇ ਨਾਲ ਨਾਲ ਉਹਨਾਂ ਦੇ ਉੱਪਰ ਅੱਛੇ ਤਰੀਕੇ ਦੇ ਸਟਿੱਕਰ ਜੋ ਵੀ ਲਿਖਿਆ ਵਾ ਇਹਦੇ ਉੱਪਰ ਤੁਸੀਂ ਆਪਣੀ ਵੀਡੀਓ ਦੇ ਵਿੱਚ ਦੇਖ ਸਕਦੇ ਹੋ। ਤੇ ਆਪਣਾ ਇਸ ਸਾਈਡ ਦੇ ਵਿੱਚ ਵੀ ਆਪਣਾ ਸਟੀਲ ਦੇ ਪਾਈਪ ਬੋਡੀ ਦੇ ਵਿੱਚ ਅਸੀਂ ਨੇ ਦੇ ਨੇ ਇੱਥੇ। ਮੋਂਟੀ ਭਾਅ ਜੀ ਲੁਬਾਣਾ ਫੈਮਿਲੀ ਨੂੰ ਬਿਲੋਂਗ ਕਰਦੇ ਨੇ। ਤੇ ਦੋਸਤੋ 24 ਗੇਜ ਦੀ ਜਿਹੜੀ ਸਟੀਲ ਹੈ ਬੜੀ ਸ਼ਾਈਨ ਕਰਦੀ ਹੈ, ਤੇ ਉੱਪਰ ਜਿਹੜਾ ਪਾਈਪ ਆਪਾਂ ਲੋਹੇ ਦਾ ਲਾਉਂਦੇ ਹਾਂ ਤਾਂ ਇਹਨਾਂ ਨੇ ਡਿਮਾਂਡ ਸੀਗੀ ਮੋਂਟੀ ਭਾਅ ਜੀ ਦੀ ਵੀ ਮੈਂ ਸਟੀਲ ਦਾ ਪਾਈਪ ਲਾਉਣਾ, ਸਟੀਲ ਦਾ ਪਾਈਪ ਇੱਥੇ ਲਾ ਕੇ ਦਿਆ। ਤੇ ਜੇ ਆਪਾਂ ਬਾਹਰਲੀ ਸਿੰਪਲਿਸਿਟੀ ਦੀ ਗੱਲ ਕਰਦੇ ਹੋਏ ਆਪਾਂ ਗੱਡੀ ਦਾ ਕੈਬਨ ਦੇਖਦੇ ਹਾਂ ਤਾਂ ਕੈਬਨ ਦੇ ਵਿੱਚ ਵੀ ਬਹੁਤ ਹੀ ਅੱਛੀ ਤਰੀਕੇ ਦਾ ਕਾਰੀਗਰੀ ਕਰੀ ਹੈ ਅਸੀਂ ਨੇ। ਤੇ ਜਿਹੜਾ ਇਹਦੇ ਵਿੱਚ ਬਲੈਕ ਕਲਰ ਦਾ ਸਰਮਾਇਕਾ ਲਾਇਆ ਤੇ ਉੱਪਰ ਸਟੀਲ ਦੇ ਗੋਲੇ ਲਾਏ ਨੇ, ਬਹੁਤ ਹੀ ਸ਼ਾਈਨ ਕਰ ਰਹੇ ਨੇ, ਬਹੁਤ ਹੀ ਅੱਛੇ ਲੱਗ ਰਹੇ ਨੇ। ਜੇ ਕੈਬਨ ਦੀ ਗੱਲ ਕਰੀਏ ਤਾਂ ਇੱਥੇ ਸਿੰਗਲ ਛੱਤੀ ਕੈਬਨ ਸਿੰਪਲ ਲੁੱਕ ਦੇ ਵਿੱਚ ਬੜਾ ਹੀ ਵਧੀਆ ਲੱਗ ਰਿਹਾ। ਇਸ ਤੋਂ ਇਲਾਵਾ ਜੇ ਦੋਸਤੋ ਆਪਾਂ ਟੂਲ ਦੀ ਗੱਲ ਕਰੀਏ, ਟੂਲ ਜ਼ਿਆਦਾਤਰ ਗੱਡੀਆਂ ਨੂੰ ਲੱਕੜ ਦਾ ਪਾਇਆ ਵਾ ਹੁੰਦਾ, ਪਰ ਇੱਥੇ ਮੋਂਟੀ ਭਾਅ ਜੀ ਦੀ ਖਾਸ ਡਿਮਾਂਡ ਸੀਗੀ ਕਿ ਸਾਨੂੰ ਮੋਟੀ ਪਲਾਈ ਲਾ ਕੇ ਉੱਪਰ ਬਰਫੀ ਕੱਢ ਕੇ ਦਿਓ, ਤਾਂ ਅਸੀਂ ਨੇ ਟੂਲ ਪਲਾਈ ਦਾ ਪਾਇਆ। ਟੂਲ ਪਲਾਈ ਦੇ ਟੂਲ ਦੇ ਵਿੱਚ ਜਿਹੜੇ ਨਕਸ਼ੇ ਬਣਾਏ ਨੇ ਬਰਫੀ ਗੱਡੀ ਆ, ਬੜੇ ਹੀ ਵਧੀਆ ਢੰਗ ਦੇ ਨਾਲ ਅਸੀਂ ਨੇ ਇਹ ਮਤਲਬ ਇਹ ਡਿਜ਼ਾਈਨ ਤਿਆਰ ਕੀਤਾ। ਤੇ ਹੋਰ ਵੀ ਜੋ ਡਿਮਾਂਡ ਸੀਗੀ ਮੋਂਟੀ ਭਾਅ ਜੀ ਦੀ ਅਸੀਂ ਨੇ ਪੂਰੀ ਕਰੀ ਹੈ। ਦੋਸਤੋ
ਇਹ ਸੀ ਸਾਡੇ ਵੱਲੋਂ ਮੋਂਟੀ ਭਾਅ ਜੀ ਦੀ ਤਿਆਰ ਕਰਿਆ ਹੋਇਆ 48-30 ਟਰੱਕ ਜਿਹੜੀ ਸਾਡੇ ਵੱਲੋਂ ਬੋਡੀ ਲਾਈ ਆ। ਦੋਸਤੋ ਉਮੀਦ ਕਰਦਾ ਹਾਂ ਤੁਹਾਨੂੰ ਇਹ ਵੀਡੀਓ ਬਹੁਤ ਜ਼ਿਆਦਾ ਪਸੰਦ ਆਈ ਹੋਊਗੀ। ਇਹਨੂੰ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰਿਓ, ਜ਼ਿਆਦਾ ਤੋਂ ਜ਼ਿਆਦਾ ਲਾਈਕ ਕਰਿਓ ਔਰ ਕਮੈਂਟ ਕਰਕੇ ਜ਼ਰੂਰ ਦੱਸਿਓ ਵੀ ਤੁਹਾਨੂੰ ਜੰਮੂ ਸਟਾਈਲ ਗੱਡੀ ਵਧੀਆ ਲੱਗਦੀ ਹੈ ਜਾਂ ਕਸ਼ਮੀਰ ਸਟਾਈਲ ਗੱਡੀ ਵਧੀਆ ਲੱਗਦੀ ਹੈ, ਕਿੱਦਾਂ ਦੀ ਤੁਸੀਂ ਆਪਣੀ ਗੱਡੀ ਬਣਾਉਣਾ ਚਾਹੁੰਦੇ ਹੋ, ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ। ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ, ਸ਼ੁਕਰੀਆ।